This program is sponsored by Mishra Enterprises. You can contact us on 0161-507-4950 and visit us near Kamal Karyana Store, Shanti Nagar, Gaspura, Ludhiana. This program is co-sponsored by Ved Ayurvanshi Pharmacy, Ludhiana. Contact number 9112709. Paramount Industries ਦੇ ਵਿੱਚ ਫੋਕਲ ਪੁਆਇੰਟ ਦੇ ਸੀਨੀਅਰ ਵਰਿਸ਼ਠ ਉਦਯੋਗਪਤੀ ਜਿਹੜੇ ਸਾਡੇ ਵਿੱਚ ਮੌਜੂਦ ਨੇ ਅਤੇ ਅਸੀਂ ਗਗਨੀਸ਼ ਖੁਰਾਨਾ ਜੀ ਅਤੇ ਸਾਰੇ ਉਦਯੋਗ ਜਗਤ ਦੇ ਭਾਈਚਾਰੇ ਵੱਲੋਂ ਇੱਕ ਜੋ ਗਣਤੰਤਰ ਦਿਵਸ ਹੈ, ਰਿਪਬਲਿਕ ਡੇ ਹੈ, ਉਹਦੇ ਬਾਰੇ ਸੰਦੇਸ਼ ਦੇਣਾ ਚਾਹੁੰਦੇ ਹਾਂ। ਗਗਨੀਸ਼ ਖੁਰਾਨਾ ਜੀ, ਸਰ ਕੀ ਸੰਦੇਸ਼ ਹੈ ਜੀ? ਮੇਰਾ ਇਹੀ ਸੰਦੇਸ਼ ਹੈ ਜੀ, ਜਿਹੜਾ ਗਣਤੰਤਰ ਦਿਵਸ ਹੈ, ਇਹ ਸੰਵਿਧਾਨ ਦੀ ਸਥਾਪਨਾ ਦਾ ਦਿਵਸ ਹੈ। 1950 ਵਿੱਚ ਦੀ ਸਥਾਪਨਾ ਹੋਈ ਸੀ ਅਤੇ ਸੰਵਿਧਾਨ ਦੇ ਜਿਹੜੇ ਤਿੰਨ ਮੂਲ ਨੇ, ਜਸਟਿਸ, ਲਿਬਰਟੀ ਅਤੇ ਇਕੁਐਲਿਟੀ, ਇਹ ਤਿੰਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਆਪਣੇ ਜੀਵਨ ਦਾ ਪ੍ਰਵਾਹ ਕਰਨਾ ਚਾਹੀਦਾ। ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਆਲੇ ਦੁਆਲੇ ਜਸਟਿਸ, ਲਿਬਰਟੀ ਅਤੇ ਇਕੁਐਲਿਟੀ ਨੂੰ ਕਈ ਤਰ੍ਹਾਂ ਦੇ ਖਤਰੇ ਨੇ ਅਤੇ ਇਹਦਾ ਮਤਲਬ ਆਪਾਂ ਸੰਵਿਧਾਨ ਦੇ ਅਕੋਰਡਿੰਗ ਨਹੀਂ ਚੱਲ ਰਹੇ। ਆਪਾਂ ਨੂੰ ਇਹਨਾਂ ਦੇ ਮੁੱਦਿਆਂ ਨੂੰ ਉਜਾਗਰ ਕਰਨਾ ਚਾਹੀਦਾ, ਉੱਚ ਅਧਿਕਾਰੀਆਂ ਤੱਕ ਲੈ ਕੇ ਜਾਣਾ ਚਾਹੀਦਾ। ਜਿਵੇਂ ਸਾਡੇ ਵਿੱਚ ਸ਼੍ਰੀ ਰਕੇਸ਼ ਕਪੂਰ ਜੀ ਵੀ ਮੌਜੂਦ ਨੇ, ਇਹਨਾਂ ਦੀ ਨੌਲੇਜ ਲੈ ਕੇ ਆਉਣਾ ਚਾਹੀਦਾ ਤਾਂ ਕਿ ਇਹ ਸੈਂਟਰ ਤੱਕ ਜਿਹੜੀਆਂ ਸਟੇਟ ਗਵਰਨਮੈਂਟ ਦੀਆਂ ਕਮੀਆਂ ਹੈ ਉਹਨਾਂ ਨੂੰ ਪਹੁੰਚਾ ਸਕੀਏ ਅਤੇ ਆਪਾਂ ਸੰਵਿਧਾਨਕ ਤੌਰ 'ਤੇ ਚੰਗੇ ਨਾਗਰਿਕ ਬਣ ਕੇ ਇਸ ਦੇਸ਼ ਦੇ ਵਿੱਚ ਰਹਿ ਸਕੀਏ। ਮੈਂ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ ਪੰਜਾਬੀਆਂ ਨੂੰ, ਹਿੰਦੁਸਤਾਨੀਆਂ ਨੂੰ, ਜਿਹੜੇ ਫੋਰਨ ਕੰਟਰੀਜ਼ ਵੀ ਸਾਡੇ ਪੰਜਾਬੀ ਜਾਂ ਹਿੰਦੁਸਤਾਨੀ ਰਹਿੰਦੇ ਨੇ, ਸਾਰਿਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ। ਇੱਕ ਛੋਟੀ ਜਿਹੀ ਗੱਲ ਮੈਂ ਇੱਥੇ ਐਡ ਕਰਨਾ ਚਾਹੁੰਦਾ ਕਿ ਇੱਕ ਅਸੀਂ ਦਿੱਲੀ 'ਚ ਰਾਈਟ ਟੂ ਲੋ ਨਾਮ ਦੀ ਐਨ ਜੀ ਓ 'ਚ ਕੰਮ ਕਰ ਰਹੇ ਹਾਂ। ਰਾਈਟ ਟੂ ਲੋ ਮਤਲਬ ਕਾਨੂੰਨ ਦਾ ਅਧਿਕਾਰ ਜੀ, ਜਿੱਦਾਂ ਆਰ ਟੀ ਆਈ ਹੈ, ਰਾਈਟ ਟੂ ਇਨਫੋਰਮੇਸ਼ਨ ਇੱਕ ਫੰਡਾਮੈਂਟਲ ਰਾਈਟ ਹੈ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਰਾਈਟ ਟੂ ਲੋ ਆਰ ਟੀ ਐਲ ਵੀ ਫੰਡਾਮੈਂਟਲ ਰਾਈਟ 'ਚ ਐਡ ਹੋਵੇ। ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਇੰਨਾ ਡਾਟਾ ਹੈਗਾ ਇਲੀਟਰੇਸੀ ਇੰਡੀਆ 'ਚ ਕਿੰਨੀ ਹੈ। ਹੁਣ ਰਾਈਟ ਟੂ ਐਜੂਕੇਸ਼ਨ ਹੈ, ਉਧਰੋਂ ਇਲੀਟਰੇਸੀ, ਇਹਦਾ ਕੀ ਮਤਲਬ ਹੋਇਆ? ਮਤਲਬ ਇਹ ਹੋਇਆ ਕਿ ਜਿਹੜੇ ਰਾਈਟ ਟੂ, ਜਿਹੜੇ ਜਿਹਨਾਂ ਕੋਲ ਪੈਸੇ ਨਹੀਂ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਰਾਈਟ ਟੂ ਐਜੂਕੇਸ਼ਨ ਵੀ ਹੈ ਕਿ ਨਹੀਂ, ਉਹਨਾਂ ਨੂੰ ਪੁੱਛੋ ਵੀ ਤੁਹਾਡੇ ਬੱਚੇ ਪੜ੍ਹੇ ਨਹੀਂ, ਇਹ ਤਾਂ ਤੁਹਾਡਾ ਫੰਡਾਮੈਂਟਲ ਰਾਈਟ ਹੈ। ਉਹ ਕਹਿੰਦਾ ਯਾਰ ਉਹ ਤਾਂ ਠੀਕ ਹੈ ਪਰ ਪੈਸੇ ਹੈ ਨਹੀਂ ਅਤੇ ਜਾਣਾ ਕਿੱਥੇ ਸਾਨੂੰ ਇਹ ਨਹੀਂ ਪਤਾ। ਇਹਦਾ ਮਤਲਬ ਇਹ ਨਹੀਂ ਕਿ ਕਾਨੂੰਨ ਨਹੀਂ ਹੈਗੇ ਜਾਂ ਸਰਕਾਰ ਨਹੀਂ ਚਾਹੁੰਦੀ, ਕਾਨੂੰਨ ਹੈਗੇ ਨੇ ਪਰ ਗੈਪ ਹੈ, ਐਂਡ ਯੂਜ਼ਰ ਤੱਕ ਪਹੁੰਚਦੇ ਨਹੀਂ। ਇਹਦੇ ਰਾਈਟ ਟੂ ਫੂਡ ਹੈ, ਲੋਕ ਮਰ ਰਹੇ ਨੇ, ਸਰਕਾਰ ਦੇਣਾ ਚਾਹੁੰਦੀ, ਲੋਕ ਮਰ ਰਹੇ ਨੇ, ਵਿੱਚ ਗੈਪ ਹੈ, ਪਹੁੰਚਦੇ ਨਹੀਂ। ਅਸੀਂ ਆਪ ਨਹੀਂ ਪਹੁੰਚਾਵਾਂਗੇ, ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਕਿ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿੱਦਾਂ ਪਹੁੰਚਾਉਣਾ ਜਿਹੜਾ ਗੈਪ ਕਵਰ ਕਰਨਾ। ਉਹਦੇ ਵਾਸਤੇ ਜੋ ਸਾਡਾ ਸਹਿਯੋਗ ਹੈ ਅਸੀਂ ਦੇਣ ਨੂੰ ਤਿਆਰ ਹਾਂ ਅਤੇ ਮੈਂ ਇੱਕ ਵਾਰੀ ਫਿਰ ਗਣਤੰਤਰ ਦਿਵਸ ਦੇ ਮੌਕੇ 'ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ।